ਸੁੱਖ ਕਹਿੰਦੀ ਮੈਨੂੰ ਲੱਗੀ ਪਈ ਆ ਭੁੱਖ, ਕਹਿੰਦੀ ਮੈਨੂੰ ਐਂ ਕਰ ਸੈਂਡਵਿਚ ਲਿਆ ਕੇ ਦਿਓ, ਕਹਿੰਦੀ ਬਣਿਆ ਬਣਾਇਆ। ਮੈਂ ਸੁੱਖ ਨੂੰ ਆਖਿਆ ਮਾਂ ਸੁੱਖ ਸੈਂਡਵਿਚ ਬਾਹਰਲਾ ਨਹੀਂ ਖਾਣਾ, ਘਰੇ ਬਣਾ ਦਿੰਦੇ ਹਾਂ। ਤੇ ਫਿਰ ਹੁਣ ਘਰੇ ਮੈਂ ਸਮਾਨ ਜਿਹਾ ਲੈ ਜਾਂਦਾ ਸੀ ਜਾ ਕੇ ਸਾਰਾ, ਜਿਹੜਾ ਮਤਲਬ ਕਿ ਮੇਨ ਜਿਹਾ ਹੁੰਦਾ। ਕਈ ਦਿਨਾਂ ਜੀ ਕਰੀ ਜਾਂਦਾ ਸੈਂਡਵਿਚ ਖਾਣ ਨੂੰ, ਤੇ ਫਿਰ ਮੈਂ ਅਜੀਤ ਤੋਂ ਸਮਾਨ ਮੰਗਵਾ ਲਿਆ ਤੇ ਹੁਣ ਨਾ ਆਪਾਂ ਸੈਂਡਵਿਚ ਬਣਾਉਣੇ ਹੈਗੇ। ਹਾਂ, ਬ੍ਰੈਡ ਲੈ ਜਾਂਦੇ ਸੀਗੇ, ਬਾਕੀ ਦਾ ਸਮਾਨ ਘਰੇ ਸੀ, ਪਨੀਰ ਲੈ ਜਾਂਦਾ ਸੀ ਅਸੀਂ। ਤੇ ਵੈਸੇ ਮਤਲਬ ਜਿਹੜੀ ਸ਼ਿਮਲਾ ਮਿਰਚ ਇਹਨੂੰ ਥੋੜਾ ਜਿਹਾ ਨਾ ਬੋਇਲ ਕੀਤਾਗਾ, ਪਰ ਆਪਾਂ ਵੈਸੇ ਕੱਚਾ ਤੈਨੂੰ ਮੈਂ ਬਣਾ ਕੇ ਖਵਾਉਂਗਾ ਇਹ। ਤੁਸੀਂ ਬਣਾ ਖਵਾਓ? ਮੈਂ ਬਣਾ ਕੇ ਮੈਂ ਬਣਾਉਂਗੀ। ਤੁਸੀਂ ਬਣਾਓ? ਮਤਲਬ ਮੈਂ ਬਣਾ ਕੇ ਦੱਸ ਦਿੰਦੀ ਤੁਹਾਨੂੰ। ਬਸ ਤਾਂ ਆਪਾਂ ਇਹਨੂੰ ਕੱਚੀ ਵੀ ਪਾ ਸਕਦੇ ਹਾਂ ਸ਼ਿਮਲਾ ਮਿਰਚ ਨੂੰ, ਤੇ ਮੈਨੂੰ ਇਹ ਹੁੰਦਾ ਵੀ ਥੋੜਾ ਜਿਹਾ ਮੇਰੇ ਲਈ ਥੋੜੀ ਜਿਹੀ ਕੱਚੀ ਇਹ ਵਧੀਆ ਨਹੀਂ ਹੈਗੀ, ਤਾਂ ਕਰਕੇ ਵੀ ਆਪਾਂ ਇਹਨੂੰ ਬੋਇਲ ਕਰ ਲਈ ਥੋੜਾ ਜਿਹਾ। ਇਸ ਕਰਕੇ ਮੈਨੂੰ ਸਿਰਫ 2 ਮਿੰਟ ਹੀ ਬੋਇਲ ਕੀਤਾਗਾ, ਇੰਨੀ ਸ਼ਿਮਲਾ ਮਿਰਚ ਬਹੁਤ ਆਪਾਂ ਨੂੰ। ਤੇ ਮੈਂ ਥੋੜਾ ਜਿਹਾ ਪਨੀਰ ਕੱਟਿਆਗਾ, ਤੇ ਹੁਣ ਮੈਂ ਨਾ ਕੌਰਨ ਬੋਇਲ ਕਰਨੇ ਰੱਖਦਾ। ਕੌਰਨ ਵੀ ਮੁੱਕਣ ਵਾਲੀ ਹੈ। ਹਾਂ, ਇਹ ਬਸ ਖਤਮ ਹੋਣ ਵਾਲੀ ਹੈ, ਅੱਜ ਪੈਕ ਨਾ ਨਹੀਂ ਬਣਾ ਲੈਂਦੇ ਬਹੁਤ ਨੇ ਆਪਾਂ। ਇਹ ਥੋੜਾ ਜਿਹਾ ਪਾਣੀ ਪਾ ਲਓ ਬਸ ਇਹਨੂੰ। ਹਾਂ, ਦੋ ਦੋ ਘੰਟੇ ਚ ਬਣਾਉਣੇ ਨੇ ਆਪਾਂ, ਬਹੁਤ ਨੇ ਆਪਾਂ ਤਾਂ ਇੰਨੇ ਮੁੱਕਦੇ ਨਹੀਂ ਹੈਗੇ। ਕੋਲ ਉੱਬਲ ਜਾਣੀ ਹੈ 2 ਮਿੰਟਾਂ ਦੇ ਵਿੱਚ। ਬੋਇਲ ਕਰਨੇ ਚਾਹੀਦੇ ਨੇ, ਅੱਜ ਆਪਾਂ ਘੇੜ ਜਿਹਾ ਸੈਂਡਵਿਚ ਬਣਾਵਾਂਗੇ। ਤਵੇ ਦੀ ਬਣਾਵਾਂਗੇ? ਤਵੇ ਦੀ ਮੈਂ ਉਹਦੇ ਚ ਨਹੀਂ ਬਣਾਉਂਦੇ ਸੈਂਡਵਿਚ ਮੇਕਰ ਚ। ਨਾ ਨਾ, ਤਵੇ ਦੀ ਬਣਾਵਾਂਗੇ। ਠੀਕ, ਤਵੇ ਵਾਲਾ ਜ਼ਿਆਦਾ ਵਧੀਆ, ਉਹਦੇ ਖਿੰਡ ਜੇ ਜਾਂਦਾ। ਹਾਂ, ਖਿੰਡ ਮਤਲਬ ਉਹਦੇ ਜਦੋਂ ਉੱਥੇ ਦਾ ਪੈਂਦੀ ਹੈ ਨਾ। ਹਾਂ, ਫਿਰ ਉਹ ਸਹੀ ਨਾ, ਥੱਲੇ ਦੇ ਨਿਕਲ ਜਾਂਦਾ ਉਹਦੇ ਵਿੱਚੋਂ ਆਸੇ ਪਾਸੇ। ਤਵੇ ਤੇ ਬਣਾ ਲਈ ਕੋਈ ਚੱਕਰ ਨਹੀਂ। ਇੱਕ ਤਾਂ ਮਿੰਟ ਸੌਸ ਮਤਲਬ ਕਿਤੇ। ਹਾਂ, ਜ਼ਰੂਰੀ ਹੁੰਦੀ ਹੈ ਇੱਕ ਪੀਜ਼ਾ ਪਾਸਤਾ ਸੌਸ, ਤੇ ਬਾਕੀ ਜਿਹੜੀ ਦੂਸਰੀ ਆਪਾਂ ਖਾਣੇ ਹੁੰਦੇ ਆ ਮਤਲਬ। ਬਾਹਲੀਆਂ ਸੌਸਾਂ ਪਾਈਆਂ ਨਹੀਂ, ਬਾਕੀ ਚੀਜ਼ ਘੱਟ ਵਰਤ ਕੇ ਕੋਸ਼ਿਸ਼ ਆ। ਮੈਂ ਸੁੱਖ ਤੱਕ ਥੋੜਾ ਜਿਹਾ ਲਾਲਚ ਕਰਦੀ ਆ ਚੀਜ਼ ਦਾ। ਮੈਂ ਤਾਂ ਅੱਜ ਵੀ ਇਹਨਾਂ ਨੂੰ ਕਹੀ ਜਾਂਦੀ ਸੀ ਮੈਂ ਚੀਜ਼ ਨਾ ਵੀ ਮੁੱਕੀ ਪਈ ਆ, ਤੁਸੀਂ ਨਾ ਲੈ ਕੇ ਆਇਓ ਕੱਲ੍ਹ ਅੱਧਾ ਕਿਲੋ ਵਾਲਾ ਪੈਕਟ, ਤੇ ਅੱਜ ਵੀ ਤੁਹਾਡੀ ਯਾਦ ਨਹੀਂ ਆਉਣੀ, ਮੈਂ ਤੁਹਾਨੂੰ ਮੰਗਾ ਲੈਂਦੀ ਤੁਹਾਡੇ ਤੋਂ। ਕੌਰਨ ਵਧੀਆ, ਦੇਖੋ ਕੌਰਨ ਵਧੀਆ ਨੇ ਹੈਲਥ ਵਾਸਤੇ, ਪਨੀਰ ਵਧੀਆ ਹੈਲਥ ਵਾਸਤੇ, ਸ਼ਿਮਲਾ ਮਿਰਚ ਵਧੀਆ, ਤੇ ਉਹ ਲੈ ਕੇ ਆਉਂਦੇ ਮੈਂ, ਆਹ ਲੈ ਕੇ ਆਉਂਦੇ ਬ੍ਰੈਡ, ਮੈਂ ਬਰਾਊਨ ਬ੍ਰੈਡ। ਹਾਂ, ਪਿਆਜ਼ ਵੀ ਕੱਟਣਾ। ਹਾਂ, ਇੱਕ ਦੋ ਪਿਆਜ਼ ਪਾ ਲੈਣੇ ਨਾ ਬੀਕ ਵੀ। ਪਿਆਜ਼ ਵੀ ਸਹੀ ਹੁੰਦਾ, ਹਰੇਕ ਚੀਜ਼ ਪਾਉਣਾ ਚਾਹੀਦਾ, ਪਿਆਜ਼ ਵੀ ਜ਼ਰੂਰੀ ਹੈ। ਬਾਕੀ ਚੀਜ਼ਾਂ ਸੀ ਹੋਰ ਕੁਝ ਨਹੀਂ ਪਾਉਂਦੇ ਹੈਗੇ, ਘਰ ਦੀ ਹੈਲਥੀ ਚੀਜ਼ ਆ। ਆਪਾਂ ਨਾ ਇਹਦੇ ਵਿੱਚ ਕੈਪਸੀਕਮ, ਕੌਰਨ, ਪਨੀਰ ਤੇ ਪਿਆਜ਼, ਤਿੰਨਾਂ ਨੂੰ ਆਪਾਂ ਚਾਰੇ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਇਹਦੇ ਵਿੱਚ ਰੱਖ ਲਿਆ, ਤੇ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਮਿੰਟ ਸੌਸ, ਠੀਕ ਹੈ ਬਸ। ਤੇ ਇਹ ਹੈਗੀ ਸਾਡੇ ਕੋਲੇ ਚਿੱਲੀ, ਗਾਰਲਿਕ ਚਿੱਲੀ ਸੌਸ, ਥੋੜੀ ਜਿਹੀ ਪਾਵਾਂਗੇ, ਬਹੁਤ ਇੰਨੀ ਕੁ ਜਿਹਦੇ ਨਾਲ ਨਾ ਮਤਲਬ ਕਿ ਖੜ ਜੇ ਜਾਵੇ ਬ੍ਰੈਡ ਦੇ ਉੱਪਰ, ਨਾ ਬ੍ਰੈਡ ਦੇ ਉੱਪਰ ਨਹੀਂ, ਫਿਰ ਨਾ ਉਹ ਖਿੰਡ ਜਾਂਦੇ ਨੇ। ਹੁਣ ਆਪਾਂ ਇਹਨੂੰ ਕਰ ਲਾਂਗੇ ਮਿਕਸ। ਤੁਸੀਂ ਇਹਦੇ ਵਿੱਚ ਚੀਜ਼, ਮਯੋਨੀਜ਼ ਕੁਝ ਵੀ ਐਡ ਕਰ ਸਕਦੇ ਹੋਗੇ, ਅਸੀਂ ਤੁਹਾਨੂੰ ਪਹਿਲੇ ਦੱਸ ਕੇ ਚੀਜ਼ ਸਾਡੇ ਖਾ ਕੇ ਰਾਜੀ ਨੇ, ਤੇ ਮਯੋਨੀਜ਼ ਅਸੀਂ ਦੋਨੇ ਜਾਣੇ ਖਾ ਕੇ ਰਾਜੀ। ਘੱਟ ਲਓ, ਇਹ ਨਾ ਇਹ ਹੋ ਗਿਆ, ਇਹਦੇ ਨਾਲ ਵੀ ਖੜ ਜੇ ਗਿਆ ਵੀ, ਹੁਣ ਇਹ ਨਾ ਬ੍ਰੈਡਾਂ ਦੇ ਉੱਤੇ ਖੜ ਜੂਗਾ, ਨਹੀਂ ਨਹੀਂ ਬ੍ਰੈਡਾਂ ਦੇ ਉੱਤੇ ਨਾ ਮਤਲਬ ਖਿੱਲਰ ਜਾਣਾ ਸੀ। ਹੁਣ ਆਪਾਂ ਬ੍ਰੈਡ ਭਰੀਏ। ਚਲੋ ਜੀ, ਲਓ ਜੀ, ਹੁਣ ਆਪਾਂ ਬਰਾਊਨ ਬ੍ਰੈਡ ਦੇ ਵਿੱਚ ਇਹ ਫਿਲਿੰਗ ਨੂੰ ਨਾ ਭਰ ਦਾਂਗੇ। ਤੁਸੀਂ ਦੇਖੋ, ਦੇਖਣ ਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਨੇ, ਹੈ ਨਾ, ਕਲਰਫੁੱਲ ਜਿਹੇ ਨਾ। ਹਾਂ, ਕਲਰਫੁੱਲ ਜਿਹੇ ਲੱਗ ਰਹੇ ਨੇ। ਹਾਲੇ ਤਾਂ ਕਈ ਵਾਰ ਉਹ ਕੈਪਸੀਕਮ ਆ, ਕੈਪਸੀਕਮ ਕੈਰਟ ਕਹਿੰਦੇ ਹੋਣਗੇ, ਕੈਰਟ ਨਹੀਂ ਹੈ ਉਹ, ਦੂਸਰੀ ਜਿਹੜੀ ਕਲਰਫੁੱਲ ਨਹੀਂ ਹੁੰਦੀ। ਅੱਛਾ, ਠੀਕ ਹੈ ਠੀਕ ਹੈ, ਜਿਹੜਾ ਆਪਾਂ ਪਨੀਰ ਵਾਲੇ ਤਾਂ ਕੈਪਸੀਕਮ ਬੋਲ ਦਿੰਦੇ ਹੈਗੇ, ਸਹੀ ਵਾਲਾ।
ਉਹਨਾਂ ਨੂੰ ਤਾਂ ਲਾਲ ਸ਼ਿਮਲਾ ਮਿਰਚ ਜਾਂ ਪੀਲੀ ਸ਼ਿਮਲਾ ਮਿਰਚ ਜਾਂ ਪੀਲੀ ਉਹ ਵੀ ਆਪਾਂ ਉਹ ਮੈਨੂੰ ਮਿਲੀ ਨਹੀਂ ਹੈਗੀ ਹਾਂ ਉਹ ਮੈਂ ਪੁੱਛੀ ਸੀ ਉੱਥੇ ਜਿੰਨਾ ਤੋਂ ਆਪਾਂ ਲੈ ਕੇ ਆਉਣਾ ਨੇ ਅੱਛਾ ਅੱਛਾ ਉਹ ਅੱਜ ਹੋਣੀ ਨਹੀਂ ਨਾ ਉੱਥੇ ਲਓ ਜੀ ਆਪਾਂ ਇਹਨੂੰ ਇਹਦੇ ਵਿੱਚ ਭਰ ਲਿਆ ਇਹਨੂੰ ਕਰ ਦਾਂਗੇ ਉੱਪਰੋਂ ਆਪਾਂ ਬੰਦ ਫਿਰ ਆਪਾਂ ਇਹਨੂੰ ਸੇਕਾਂਗੇ ਤਵੇ ਦੇ ਉੱਤੇ ਹੁਣ ਆਪਾਂ ਜਿਵੇਂ ਇਹ ਬ੍ਰੈਡ ਨੂੰ ਭਰਿਆ ਹੁਣ ਆਪਾਂ ਸਾਰੇ ਬ੍ਰੈਡ ਭਰ ਕੇ ਰੱਖਦੇ ਫਿਰ ਆਪਾਂ ਇਹਨੂੰ ਤਵੇ 'ਤੇ ਸੇਕਾਂਗੇ ਤਵਾ ਤਾਂ ਮੈਂ ਬਹੁਤ ਟਾਈਮ ਪਹਿਲਾਂ ਹੀ ਰੱਖਤਾ ਸੀ ਗਰਮ ਕਰਨਾ ਅਤੇ ਨਾ ਤਵਾ ਬਹੁਤ ਜ਼ਿਆਦਾ ਗਰਮ ਹੋ ਚੁੱਕਿਆ ਸੀਗਾ ਇਸ ਕਰਕੇ ਤੁਸੀਂ ਦੇਖੋ ਸਾਈਡਾਂ ਦੇ ਉੱਤੋਂ ਕਿੰਨਾ ਜ਼ਿਆਦਾ ਧੂੰਆਂ ਉੱਠ ਰਿਹਾ ਹੈਗਾ ਅਤੇ ਮੈਂ ਨਾ ਥੋੜ੍ਹਾ ਜਿਹਾ ਦੇਸੀ ਘਿਓ ਲਾ ਕੇ ਸੈਂਡਵਿਚ ਨੂੰ ਧਰਤਾ ਸੀਗਾ ਤਵੇ ਦੇ ਉੱਤੇ ਆਪਾਂ ਨਾ ਬਸ ਇਹ ਗੱਲ ਦਾ ਧਿਆਨ ਰੱਖਿਓ ਤੁਸੀਂ ਥੋੜ੍ਹਾ ਜਿਹਾ ਵੀ ਇਹਨੂੰ ਜ਼ਿਆਦਾ ਟਾਈਮ ਲਈ ਨਹੀਂ ਆਪਾਂ ਰੱਖਣਾ ਹੈਗਾ ਤਵੇ ਦੇ ਉੱਤੇ ਕਿਉਂਕਿ ਫਿਰ ਜਲ ਵੀ ਸਕਦਾ ਹੈ ਨਾ ਅਤੇ ਇੱਥੇ ਨਾਲ ਨਾਲ ਮੈਂ ਨਾ ਹੁਣ ਸੈਕਿੰਡ ਸੈਂਡਵਿਚ ਬਣਾ ਰਹੀ ਸੀ ਤੁਸੀਂ ਦੇਖੋ ਇਹਨੂੰ ਨਾ ਆਪਾਂ ਦੇਸੀ ਘਿਓ ਲਾਇਆ ਇਹਦੇ ਵਿੱਚ ਪ੍ਰੋਪਰ ਦੇਖ ਰਿਹਾ ਦੇਖੋ ਹੈ ਨਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਸੈਂਡਵਿਚ ਨੂੰ ਥੋੜ੍ਹਾ ਜਿਹਾ ਮਤਲਬ ਹਲਕਾ ਜਿਹਾ ਪ੍ਰੈਸ ਕਰਾਂਗੇ ਅਤੇ ਮਤਲਬ ਨਾਲ ਦੀ ਨਾਲ ਹੀ ਆਪਾਂ ਇਹਨੂੰ ਪਲਟ ਦਾਂਗੇ ਜ਼ਿਆਦਾ ਟਾਈਮ ਲਈ ਨਹੀਂ ਰੱਖਣਾ ਹੈਗਾ ਇਹਦੇ ਨਾਲ ਕੀ ਥੋੜ੍ਹਾ ਜਿਹਾ ਕ੍ਰਿਸਪੀ ਬਣ ਜਾ ਵੀ ਵਧੀਆ ਲੱਗਦਾ ਇਹਦੇ ਵਿੱਚ ਅਤੇ ਤੁਸੀਂ ਦੇਖੋ ਇਹਦਾ ਕਲਰ ਦੇਖੋ ਚੈੱਕ ਕਰੋ ਕਿੱਡਾ ਸੋਹਣਾ ਬਰਾਊਨ ਕਲਰ ਆਇਆ ਹੈਗਾ ਹੈ ਨਾ ਅਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਸੈਂਡਵਿਚ ਆਪਾਂ ਸੈਂਡਵਿਚ ਬਣਾ ਲਏ ਤੇ ਆਪਾਂ ਹੁਣ ਇਹਨਾਂ ਦੇ ਵਿੱਚੋਂ ਨਾ ਕਲਰ ਕਿੰਨਾ ਸੋਹਣਾ ਆਇਆ ਸੋ ਕਿੰਨਾ ਦਾ ਨਾ ਹਾਂ ਕਲਰ ਬਹੁਤ ਸੋਹਣਾ ਆ ਸੋਹਣਾ ਆ ਹਾਂ ਕਹਿੰਦੇ ਜੀ ਆਪਾਂ ਐਂ ਕੱਟੀਏ ਕਹਿੰਦੇ ਐਂ ਕੱਟੀਏ ਹਾਂ ਫਿਰ ਕਹਿੰਦੇ ਐਂ ਲੱਗਦਾ ਵੀ ਘੱਟ ਹੁੰਦਾਗਾ ਜੇ ਆਪਾਂ ਐਂ ਕੱਟੀਏ ਫਿਰ ਆਪਾਂ ਨੂੰ ਐਂ ਲੱਗਦਾ ਵੀ ਬਾਅਦ ਆਪਾਂ ਐਂ ਕੱਟਾਂਗੇ ਆਪਣੇ ਕੋਲ ਨਾ ਕਟਰਾ ਜਾਣੀ ਹੈਗਾ ਕੱਟਣ ਵਾਸਤੇ ਪਰ ਆਪਾਂ ਕਿਹੜਾ ਡੇਲੀ ਬਣਾਉਣੇ ਆ ਪਰ ਆ ਵੀ ਵਧੀਆ ਕੱਟਿਆ ਗਿਆ ਇਹਦੇ ਨਾਲ ਵੀ ਵਧੀਆ ਕੱਟਿਆ ਜਾਂਦਾ ਲਓ ਜੀ ਤੁਸੀਂ ਨਾ ਕਦੇ ਘਰੇ ਬਣਾ ਕੇ ਦੇਖਿਓ ਇਹ ਵੀ ਕਿਵੇਂ ਲੱਗਦੇ ਨੇ ਵਾਓ ਯਾਰ ਕੈਂਟ ਚੀਜ਼ ਬਣੀ ਆ ਸੁੱਕਾ ਕੈਂਟ ਚੀਜ਼ ਬਣੀ ਆ ਨਾ ਜਮਾ ਹੁਣ ਤੂੰ ਖਾ ਕੇ ਵੀ ਦੱਸ ਦੇ ਵੀ ਕਿਹੋ ਜਿਹਾ ਬਣਿਆ ਬਹੁਤ ਜ਼ਿਆਦਾ ਟੇਸਟੀ ਬਣਿਆ ਬਹੁਤ ਘੈਂਟ ਬਣਿਆ ਨਾ ਬਹੁਤ ਜ਼ਿਆਦਾ ਟੇਸਟੀ ਬਣਿਆ ਮੈਨੂੰ ਲੱਗਾ ਸ਼ਾਇਦ ਬਾਜ਼ਾਰ ਵਾਲਾ ਵੀ ਕੁਛ ਨਹੀਂ ਲੱਗਣਾ ਸੀ ਇਹ ਸਾਹਮਣੇ ਨਾਲੇ ਬਾਜ਼ਾਰ ਵਾਲਾ ਯਾਰ ਚੱਲ ਵਧੀਆ ਹੁੰਦੇ ਹੋਣਗੇ ਬਣਾਉਂਦੇ ਹੋਣਗੇ ਪਰ ਆਇਆ ਵੀ ਆਹ ਚੀਜ਼ ਅਲੱਗ ਹੈ ਇਹ ਨਾਲ ਦੇ ਖਾਣਾ ਤਾਂ ਨਹੀਂ ਆਪਦਾ ਘਰੇ ਹਾਂ ਵਧੀਆ ਹੋਰ ਫੈਂਡਰ ਫੂਡ ਯੂਜ਼ ਕਰਦੇ ਫਿਰ ਆਪਾਂ ਕਰਦੇ ਨਹੀਂ ਹੈਗੇ ਹਨ ਨਹੀਂ ਬਹੁਤ ਜ਼ਿਆਦਾ ਟੇਸਟੀ ਬਣਾਇਆ ਸੱਚੀ ਟੇਸਟੀ ਬਣਾ ਕੇ ਦੇਖੋ ਹੁਣ ਮੈਂ ਖਾ ਕੇ ਦੇਖਦਾ ਸੋਰੀ ਦੱਸੋ ਜੀ ਕਿਹੜਾ ਰਿਵਿਊ ਦਿਓ ਐਂ ਨਾ ਸੌਸ ਲਾਉਂਦੇ ਤਾਂ ਉਹਦਾ ਅਲੱਗ ਹੀ ਮਤਲਬ ਹੁੰਦਾ ਟੇਸਟ ਫਿਰ ਮੈਨੂੰ ਐਂ ਤੁਸੀਂ ਪਹਿਲਾਂ ਇਹਨੂੰ ਐਂ ਖਾ ਕੇ ਦੇਖੋ ਦੱਸੋ ਕਿਹੜਾ ਕਿਵੇਂ ਲੱਗ ਰਿਹਾ ਲੋੜ ਹੀ ਨਹੀਂ ਹੈਗੀ ਲੋੜ ਨਹੀਂ ਟੇਸਟੀ ਲੱਗ ਰਿਹਾ ਪੂਰਾ ਘੈਂਟ ਸਿਰਾ ਕੰਮ ਥੋੜੀ ਜਿਹੀ ਚੀਜ਼ ਦੀ ਕਮੀ ਆ ਬਸ ਸਰਜੀਤ ਜੇ ਹੋਰ ਕੰਮ ਕੋਈ ਨਾ ਨਹੀਂ ਹੋਇਆ ਨਾ ਆਪਾਂ ਤਾਂ ਸੈਂਡਵਿਚ ਵਾਲੇ ਵੇਚ ਸਕਦੇ ਆਪਾਂ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਜੀ ਆਪਾਂ ਸੈਂਡਵਿਚ ਵਾਲੀ ਸਟਾਲ ਲਗਾ ਲਾਂਗੇ ਲਗਾ ਸਕਦੇ ਕੰਮ ਹੀ ਹੈ ਸਹੀ ਗੱਲ ਆ ਕੋਈ ਨਹੀਂ ਕਰ ਸਕਦੇ ਠੀਕ ਹੈ ਟੇਸਟੀ ਬਹੁਤ ਆ ਪਰ ਮੈਂ ਹੁਣ ਖਾਣੋਂ ਤਾਂ ਨਹੀਂ ਛੱਡ ਰਿਹਾ ਕਿਉਂਕਿ ਮੇਰਾ ਵਧੀਆ ਲੱਗ ਰਿਹਾ ਖਾਓ ਖਾਓ ਠੀਕ ਹੈ ਚੰਗੋ